ਜੀ ਅੱਜ ਆਪਾਂ ਆ ਚੁੱਕੇ ਹੈਗੇ ਜਲੰਧਰ ਟਰੇਡ ਫੇਅਰ ਜਿਹਦੀ ਡੇਟ ਆ 26 ਨਵੰਬਰ ਤੋਂ 12 ਦਸੰਬਰ ਤੱਕ ਅਤੇ ਚਲੋ ਗਾਇਸ ਅੰਦਰ ਚੱਲਦੇ ਹਾਂ। 1 ਵਜੇ ਤੋਂ ਸਟਾਰਟ ਹੁੰਦਾ ਆ ਟਰੇਡ ਫੇਅਰ, ਹਜੇ ਤਾਂ ਟਾਈਮ ਘੱਟ ਹੋਇਆ ਆ। ਅਤੇ ਚਲੋ ਗਾਇਸ ਅੰਦਰ ਚੱਲਦੇ ਹਾਂ। ਦੇਖੋ ਗਾਇਸ ਵੱਡਾ ਗੋਲ ਗੋਲ ਵਾਲਾ ਝੂਲਾ ਵੀ ਲੱਗਾ ਆ, ਜਿਹਨੂੰ ਆਪਾਂ ਗੋਲ ਗੋਲ ਵਾਲਾ ਕਹਿ ਦਈਦਾ। ਇਹ ਮੇਲਾ ਪਬਲਿਕ ਕੀ ਡਿਮਾਂਡ ਪਰ 19 ਦਸੰਬਰ ਤੱਕ ਚੱਲੇਗਾ। ਆਪਾਂ ਹੁਣ ਅੰਦਰ ਜਾਣੇ ਪਏ ਹੈਗੇ ਟਰੇਡ ਫੇਅਰ ਦੇ। ਐਂਟਰੀ ਟਿਕਟ 20 ਰੁਪੀਸ। ਟਾਈਮ 1 PM ਟੂ 10 PM ਆ ਰਾਤ ਕੇ। ਯਹਾਂ ਪਰ ਰੋਜ਼ਾਨਾ ਸਟੇਜ ਸ਼ੋਅ, ਭੂਤ ਬੰਗਲਾ, ਊਂਟ ਕੀ ਸਵਾਰੀ, ਫੂਡ ਜ਼ੋਨ, ਵਾਟਰ ਬੋਟਿੰਗ ਵਗੈਰਾ ਸਭ ਕੁਛ ਹੈ। ਚਲੋ ਗਾਇਸ ਅਭੀ ਐਂਟਰੀ ਕਰਤੇ ਹੈ, ਅੰਦਰ ਚਲਤੇ ਹੈ। ਗਾਇਸ ਆਪ ਕਰਾਊਡ ਚੈੱਕ ਹੀ ਕਰ ਸਕਤੇ ਹੋ, ਅਭੀ ਤੋ ਸ਼ੋਪਸ ਵਗੈਰਾ ਲੱਗ ਰਹੀ ਹੈ। ਗਨਸ ਕੀ ਉਹ ਗਨ ਪੜੀ ਹੋਈ ਹੈ। ਇਹ ਦੇਖੋ ਸਮੋਕ ਬਿਸਕਿਟ, ਵੈਸੇ ਯਹਾਂ ਪਰ ਬੱਚੋ ਕੇ ਟੋਇਸ ਵਗੈਰਾ ਕੁਛ ਸਮਾਨ ਪੜੇ ਹੋਏ ਹੈ ਬੱਚੋਂ ਕੇ। ਇਹ ਦੇਖੋ ਪੈਨਸਿਲਸ, ਔਰ ਗਾਇਸ ਇਹ ਦੇਖੋ ਕਿਤਨੀ ਅੱਛੀ ਅੱਛੀ ਵੋਚ ਹੈ। ਦੇਖੋ ਗਾਇਸ ਕਿਚਨ ਕਾ ਸਮਾਨ ਲੱਕੜੀ ਕੇ ਕਿਤਨਾ ਅੱਛਾ ਅੱਛਾ ਹੈ। ਗਾਇਸ ਵੋ ਕਾਰ ਦੇਖੋ ਲੱਕੜੀ ਕੀ, ਇਹ ਵਾਲੀ ਕਾਰ ਦੇਖੋ ਲੱਕੜੀ ਕੀ, ਇਹ ਸਾਰੀ ਕਾਰ। ਉਹ ਦੇਖੋ ਰਾਈਡ ਸਟਾਰਟ ਹੋ ਗਈ ਹੈ ਕਿਸ਼ਤੀ ਵਾਲਾ। ਗਾਇਸ ਯਹਾਂ ਪਰ ਕਾਫੀ ਸਾਰਾ ਸਮਾਨ ਬੜਾ ਹੈ, ਔਰ ਯਹਾਂ ਪਰ ਕੱਪੜੇ ਕੀ ਸ਼ੋਪਸ ਵੀ ਹੈ, ਟਰਾਊਜ਼ਰਸ ਵਗੈਰਾ। ਗਾਇਸ ਯਹਾਂ ਪਰ ਦੇਖੋ ਬੈਗਸ, ਸ਼ੂਜ਼, ਜੁੱਤੀਆਂ, ਵੋ ਟੋਇਸ ਕੀ ਸ਼ੋਪਸ ਹੈ। ਦੇਖੋ ਗਾਇਸ ਬੱਚੇ ਕੈਸੇ ਚੀਂਕੇ ਮਾਰ ਰਹੇ ਹੈ। ਲਗਾਓ ਵੋ ਮਾਚਿਸ ਪਰ 50 ਕੀ 6 ਸ਼ੋਟ ਮਿਲਤੀ ਹੈ, ਯੇ ਗਨ ਸੇ ਮਾਰਨੀ ਹੋਤੀ ਹੈ। ਗਾਇਸ ਯਹਾਂ ਪਰ ਦੇਖੋ ਜੈਕਟਸ ਵਗੈਰਾ। ਗਾਇਸ ਸ਼ਾਮ ਕੇ ਟਾਈਮ ਯਹਾਂ ਪਰ ਬਹੁਤ ਜ਼ਿਆਦਾ ਹੀ ਕਰਾਊਡ ਹੋਤਾ ਹੈ। ਉਹ ਦੇਖੋ ਪਰਮਾਨੈਂਟ ਟੈਟੂ ਕੀ ਸ਼ੋਪ ਵੀ ਹੈ। ਗਾਇਸ ਦੇਖੋ ਕਿਤਨੀ ਸਾਰੀ ਰੈਡਸ ਵਗੈਰਾ ਡੱਬੇ ਵਗੈਰਾ ਲੱਗੇ ਹੋਏ ਹੈ, ਆਪ ਦੇਖ ਹੀ ਸਕਤੇ ਹੋ। ਉਹ ਦੇਖੋ ਬੋਲਸ, ਜਿਸਨੇ ਗਿਰਾ ਹੈ ਵੋ ਇਨਾਮ। ਗਾਇਸ ਅਗਰ ਇਹ ਯੂਜ਼ ਚਲਤਾ ਹੈ ਤੋ ਮੈਂ ਟਰਾਈ ਕਰਤਾ ਹੂੰ ਲੈਣੇ ਕੀ। ਅਭੀ ਤੋ ਲਾਈਟ ਪੜ ਰਹੀ ਹੈ, ਕੁਛ ਕਲੀਅਰ ਦਿਖ ਨਹੀਂ ਰਹਾ। ਇਹ ਰੱਖੋ ਬੋਟਿੰਗ, ਇਤਨੇ ਸੇ ਪਾਣੀ ਮੇਂ ਬੋਟਿੰਗ, ਵਾਹ ਭਾਈ ਵਾਹ। ਬੁੱਟਾ ਵਗੈਰਾ ਚਲੋ ਗਾਇਸ ਅਭੀ ਦੇਖਤੇ ਹੈਂ, ਅਗਰ ਭੂਤ ਬੰਗਲਾ ਖੁੱਲ੍ਹਾ ਤੋ ਹਮ ਅੰਦਰ ਚਲਤੇ ਹੈਂ ਭੂਤ ਬੰਗਲੇ ਮੇਂ। ਇਹ ਦੇਖੋ ਗਾਇਸ ਭੂਤ ਬੰਗਲਾ, ਗਾਇਸ ਭੂਤ ਬੰਗਲਾ 4 ਵਜੇ ਖੁੱਲ੍ਹੇਗਾ
अभी तो 2 PM हो रहे हैं। वो भी गाइस, वो वाली राइड भी आधे घंटे में खुलने वाली है गाइस, ये ट्रेन वाला। अभी गाइस कोई भी राइड नहीं चल रही गाइस, देखते हैं अभी ये ड्रैगन वाली राइड ले रहा है गाइस, आदित्य जा रहा है गाइस, आदित्य बैठ गया है। धूप ही बड़ी ज्यादा पड़ रही है, कुछ दिख नहीं। आदित्य गाइस ट्रेन स्टार्ट हो रही है, गाइस ट्रेन स्टार्ट हो गई, ड्रैगन वाली ट्रेन। चली बाय आदित्य, झूला स्टार्ट हो गया है गाइस। मैं आपको वीडियो झूले के झूलने के बाद बताता हूँ गाइस। बहुत ही ज़्यादा डर लग रहा था, इतनी ज़्यादा चीखे मार रहे थे, पर अगर मैं शूट करता तो मेरा फ़ोन गिर जाना था, और साथ में झूले वाले भैया ने भी मना कर दिया था कि ऊपर फ़ोन मत लेके जा,